ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਦਿੱਲੀ ਤੋਂ ਆ ਗਿਆ ਸੱਦਾ, ਕਿਸਾਨ ਅੰਦੋਲਨ ਨਹੀਂ ਹੋਏਗਾ ਖਤਮ। ਤਾਜ਼ਾ ਵੱਡੀ ਖਬਰ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਅਤੇ ਜਿਨ੍ਹਾਂ ਨੇ ਔਨਲਾਈਨ ਸ਼ੋਪਿੰਗ ਕਰਨੀ ਹੈ, ਲਿੰਕ ਡਿਸਕ੍ਰਿਪਸ਼ਨ 'ਚ, ਉੱਥੇ ਜਾ ਕੇ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਹਾਂ। ਇਸ ਵੇਲੇ ਦੀ ਵੱਡੀ ਖਬਰ ਕਿਸਾਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਘਰ ਵਾਪਸੀ 'ਤੇ ਫੈਸਲਾ ਨਹੀਂ ਜਾਇਆ ਜਾਂਦਾ, ਉਹ ਤਾਂ ਕਿਸਾਨ ਬਾਰਡਰਾਂ ਦੇ ਡਟੇ ਰਹਿਣਗੇ ਅਤੇ ਹੋਰ ਕਿਸਾਨ ਨੂੰ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣਗੇ। ਇਹ ਕਹਿਣਾ ਹੈ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦਾ। ਸੁਰਜੀਤ ਸਿੰਘ ਫੂਲ ਨੇ ਕਿਹਾ ਹੈ ਕਿ ਭਾਵੇਂ ਖੇਤੀ ਕਾਨੂੰਨ ਵਾਪਸੀ ਬਿੱਲ ਸੰਸਦ ਦੇ ਸਦਨਾਂ 'ਚ ਪਾਸ ਹੋ ਗਿਆ ਹੈ, ਪਰ ਫਿਰ ਵੀ ਕਈ ਮੰਗਾਂ ਹਜੇ ਬਾਕੀ ਹਨ। ਉੱਥੇ ਹੀ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਪਾਰਲੀਮੈਂਟ ਵਿੱਚ ਕਾਨੂੰਨ ਰਿਪੀਲ ਕਰਨ ਦਾ ਬਿੱਲ ਦੋਵਾਂ ਸਦਨਾਂ ਵਿੱਚ ਪਾਸ ਹੋ ਗਿਆ ਹੈ। ਸਰਬਸੰਮਤੀ ਦੇ ਨਾਲ ਦੋਨਾਂ ਸਦਨਾਂ ਵਿੱਚ ਬਿੱਲ ਪਾਸ ਹੋ ਗਿਆ। ਇਹ ਸਭ ਤੋਂ ਵੱਡੀ ਜਿੱਤ ਹੈ, ਜਿੱਥੇ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰਾਂ ਦੀ ਵੱਡੀ ਜਿੱਤ ਹੈ। ਸਾਰਿਆਂ ਨੂੰ ਇਸਦਾ ਜਸ਼ਨ ਮਨਾਉਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜੋ ਬਾਕੀ ਮੰਗਾਂ ਨੇ, ਜਿਨ੍ਹਾਂ ਦੇ ਵਿੱਚ 48,000 ਕੇਸ ਹਰਿਆਣਾ ਦੇ ਕਿਸਾਨ ਦੇ ਦਰਜ ਨੇ, ਦਿੱਲੀ ਪੁਲਿਸ ਦੀਆਂ ਘੱਟੋ ਘੱਟ 44 FRI ਦੇ ਵਿੱਚ ਸੈਂਕੜੇ ਕਿਸਾਨ, ਯੂਪੀ ਦੇ ਲਖੀਮਪੁਰ ਖੀਰ ਦੇ ਕਾਂਡ ਵਿੱਚ ਸਾਡੇ ਕਿਸਾਨ ਵੀਰਾਂ ਦੇ ਪਰਚੇ ਦਰਜ ਹੋਏ, ਹੋਰ ਸੂਬਿਆਂ ਦੇ ਵਿੱਚ ਵੀ ਸਾਡੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਿਸਾਨਾਂ ਦੇ ਪਰਚੇ ਦਰਜ ਨੇ, ਕਿ ਅਸੀਂ ਇਹਨਾਂ ਪਰਚਿਆਂ ਨੂੰ ਵਿੱਚੇ ਹੀ ਛੱਡ ਕੇ ਜਾਂ ਅਸੀਂ ਇਹਨਾਂ ਕੇਸਾਂ ਨੂੰ ਇੱਥੇ ਹੀ ਛੱਡ ਕੇ 1,500 ਕਿਸਾਨ ਅੰਦੋਲਨਕਾਰੀ ਕਿਸਾਨ ਨੂੰ ਰੁਲਦੇ ਕਚਹਿਰੀਆਂ ਵਿੱਚ ਛੱਡ ਕੇ ਜਾ ਸਕਦੇ ਹਾਂ, ਅਜਿਹਾ ਕਦੀ ਨਹੀਂ ਹੋ ਸਕਦਾ। ਖੇਤੀ ਕਾਨੂੰਨ ਤੋਂ ਇਲਾਵਾ ਕਿਸਾਨ ਦੀਆਂ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਖਬਰ ਨੂੰ ਲਾ ਸਕਦੇ